करें तेरा सबड़ा सुनिजा पाई जे को बना हे वाहगुरु कोई तेरा सुनेहा नहीं अलाए का भाव अलापना कोई अलाप के सुनावे आए उस तो वड्डी बनगी उस तो पर मेरे लिए कोई नहीं ठीक है इतने कोई अपने अपने सारे कहने में सियाना से इस तरह पर सब तो उत्तम गल केवल गुरु का नाम है सो सारे संगत प्यार भावना सहन करो तेरा सबदा सुनिजा पाई जे को बना अलाए जी को बहे
ਸਤਿਕਾਰ ਦਿਓ ਬਾਬਾ ਵੀਰ ਸਿੰਘ ਜੀ ਦੀ ਵਰਸ਼ੀ ਨੂੰ ਮਨਾਉਂਦੇ ਹੋਈਆਂ ਸਤਿਕਾਰਯੋਗ ਮਾਤਾ ਅਮਰਜੀਤ ਕੌਰ ਜੀ ਜਿਨ੍ਹਾਂ ਨੇ ਉਦਮ ਉਪਰਾਲਾ ਕੀਤਾ ਸਮੂਹ ਸਿੱਖ ਸੰਗਤਾਂ ਵੱਲੋਂ ਆਪ ਸੰਗਤਾਂ 'ਤੇ ਹਾਜ਼ਰੀਆਂ ਭਰ ਰਹੇ ਹੋ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਖੱਤਰਾ ਪਰਿਵਾਰ ਜਿਨ੍ਹਾਂ ਨੇ ਦਾਸਰੇ ਨੂੰ ਆਪ ਸੰਗਤਾਂ ਦਰਸ਼ਨ ਕਰਨ ਦਾ ਸੱਦਾ ਦਿੱਤਾ ਆਪ ਸੰਗਤਾਂ ਨੇ ਦਰਸ਼ਨ ਕੀਤੇ ਦਾਸਰੇ ਤੋਂ ਪਹਿਲਾਂ ਬੜੇ ਪਿਆਰ ਭਾਵਨਾ ਦੇ ਨਾਲ ਭਾਈ ਸਾਹਿਬ ਸ਼ਬਦ ਦੀ ਵਿਚਾਰ ਕਰਕੇ ਗਏ ਨੇ ਸਿਰਫ ਉਸੇ ਵੀ ਗੱਲ ਨੂੰ ਥੋੜ੍ਹਾ ਜਿਹਾ ਸੰਖੇਪ ਜਿਹੇ ਸ਼ਬਦਾਂ ਵਿੱਚ ਕਹਿ ਕੇ ਸਮਾਪਤੀ ਕਰ ਦੇਵਾਂ ਕਿਉਂਕਿ ਸਮਾਂ ਮੇਰਾ ਜਿੰਨਾ 10 ਮਿੰਟ ਦਾ ਬਾਬਾ ਜੀ ਨੇ ਦਿੱਤਾ ਹੈ। ਸੋ ਬੜੀ ਪਿਆਰੀ ਗੱਲ ਉਹਨੇ ਵਿਸਥਾਰ ਸਾਹਿਬ ਦੱਸੀ, ਠੀਕ ਆ ਜਿਸ ਗੱਲ ਨੂੰ ਸਮਝਣ ਦੀ ਲੋੜ ਵੀ ਹੈ ਕਿ ਅਸੀਂ ਹਰ ਇੱਕ ਗੱਲ ਦੇ ਉੱਪਰ ਕਾਟੀ ਵੀ ਨਹੀਂ ਮਾਰ ਸਕਦੇ, ਮੂਲੋਂ ਵੀ ਰੱਦ ਕਰੋਗੇ ਬੀਜ ਨਸ ਕਿਸੇ ਚੀਜ਼ ਦਾ ਨਹੀਂ ਹੁੰਦਾ, ਬਸ ਉਹਦੇ ਲਈ ਤੁਹਾਨੂੰ ਇੱਕ ਨਜ਼ਰੀਆ ਬਣਾਉਣਾ ਪਵੇਗਾ, ਸਮਝਣਾ ਪਵੇਗਾ। ਨੌਵੇਂ ਪਾਤਸ਼ਾਹ ਦੇ ਦੋ ਸਲੋਕ ਤੁਸੀਂ ਪੜ੍ਹਦੇ ਹੋ 43 ਤੇ 44 ਨੰਬਰ, ਉਹਦੇ ਵਿੱਚ ਪਹਿਲਾ ਸ਼ਬਦ ਆਉਂਦਾ ਹੈ ਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਾਹਿਗੁਰੂ ਦਾ ਨਾਮ ਉਹਦਾ ਯਾਦ ਉਹਦਾ ਗਿਆਨ ਵਸਿਆ ਉਸ ਬੰਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਹ ਸ਼ਬਦ ਤੁਸੀਂ ਆਪ ਪੜ੍ਹਦੇ ਹੋ, ਜਿਹ ਘੱਟ ਸਿਮਰਨ ਰਾਮ ਕੋ, ਜਿਹੜੇ ਘੱਟ ਵਿੱਚ ਜਿਹੜੇ ਹਿਰਦੇ ਵਿੱਚ, ਜਿਹ ਘੱਟ ਸਿਮਰਨ ਰਾਮ ਕੋ ਤੇ ਨਰ ਮੁਕਤਾ ਜਾਣ, ਉਹ ਮਨ ਨੂੰ ਮੁਕਤ ਹੈ, ਤੇ ਨਰ ਹਰ ਅੰਤਰ ਨਹੀਂ ਉਸ ਬੰਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਹੀ ਨਹੀਂ ਰਿਹਾ, ਨਾਨਕ ਸਾਚੀ ਜਾਣ, ਇਹ ਸੱਚੀ ਗੱਲ ਕਰਕੇ ਮੰਨੋ, ਇਹ ਸੱਚ। ਉਸ ਤੋਂ ਅਗਲਾ ਸਲੋਕ ਪੜ੍ਹੋ ਜੀ, ਉੱਥੇ ਕੀ ਲਿਖਿਆ, ਜੇ ਪਰਮਾਤਮਾ ਚਿੱਤ ਵਿੱਚ ਨਹੀਂ, ਇੱਕ ਵਾਹਿਗੁਰੂ ਦਾ ਭਾਉ ਤੇਰੇ ਦਿਮਾਗ ਵਿੱਚ ਨਹੀਂ ਹੈ, ਫਿਰ ਬੰਦਿਆ ਠੀਕ ਆ ਸਰੀਰ ਕਰਕੇ ਤੂੰ ਇਨਸਾਨ ਹੋਏਗਾ, ਕੋਈ ਸ਼ੱਕ ਨਹੀਂ, ਤੈਨੂੰ ਲੋਕ ਕਹਿੰਦੇ ਨੇ, ਪਰ ਤੂੰ ਹੈ ਕਿਹਦੇ ਵਰਗਾ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਅੱਗੇ ਕੀ ਹੈ ਜੀ, ਜੈਸੇ ਬੋਲੋ ਜੀ, ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ, ਬੜਾ ਸਾਫ ਜਿਹਾ ਲਿਖਿਆ ਜੀ। ਇੱਕ ਪਹਿਲਾ ਸਲੋਕ ਪੜ੍ਹੋ, ਦੂਜਾ ਪੜ੍ਹੋ, ਅਸੀਂ ਹਰ ਇੱਕ ਨੂੰ ਬੀਜ ਨਾ ਸਹੀ ਨਹੀਂ ਕਰ ਸਕਦੇ, ਇਹ ਵੀ ਨਹੀਂ ਕਹਿ ਸਕਦੇ ਕੁਝ ਵੀ ਨਹੀਂ, ਜਿਹੜਾ ਹੈ ਇੱਕ ਉਹ ਨੇ ਜਿੰਨਾ ਦੁਨੀਆਂ 'ਚ ਮੈਂ ਟੌਹਰੀ ਬਣਾਈ ਹੋਈ ਹੈ, ਵਿਖਾਵਾ ਹੀ ਹੈ, ਕਮਾਈ ਕੋਈ ਨਹੀਂ ਕਰੇ, ਉਹ ਨੇ ਅੰਦਰੋਂ ਝੂਠੇ ਨੇ ਮੇਰੇ ਮਾਲਕ ਕਹਿੰਦੇ, ਉਹ ਜਿਹਾ ਬੰਦਾ ਭਾਵੇਂ 68 ਤੀਰਥਾਂ 'ਚ ਤੁਰਿਆ ਫੇਰੇ, ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈ, 68 ਤੀਰਥ ਜੇ ਨਾਵੇ ਉਤਰੈ ਨਾਹੀਂ। ਉਸ ਤੋਂ ਅੱਗੇ ਪੜੋ ਜੀ, ਇੱਕ ਉਹ ਨੇ ਜਿਹੜੇ ਅੰਦਰੋਂ ਰੇਸ਼ਮ ਵਰਗੇ ਨੇ, ਅੰਦਰੋਂ ਕੂੜੇ ਨੇ, ਪੱਟ ਵਰਗੇ ਨੇ, ਬਾਹਰੋਂ ਭਾਵੇਂ ਗੁੱਦੜ ਹੀ ਪਾਇਆ, ਬੜੇ ਚੰਗੇ ਨੇ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਤਿੰਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਪਰਮਾਤਮਾ ਨਾਲ ਜੁੜ ਗਏ। ਬੜੇ ਪਿਆਰੇ ਸ਼ਬਦ ਆ ਸਾਹਿਬ ਜੀ ਦੇ, ਅਸੀਂ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ। ਅੱਜ ਤੁਸੀਂ ਸਾਰਿਆਂ ਨੇ ਕਿ ਗੁਰੂ ਨੇ ਸਿਰ ਝੁਕਾਇਆ, ਕਈ ਵਾਰੀ ਵੇਖਣ ਵਾਲੀ ਚੀਜ਼ ਇੱਕ ਹੁੰਦੀ ਹੈ ਤੇ ਵੇਖਣ ਵਾਲਿਆਂ ਦਾ ਨਜ਼ਰੀਆ ਆਪਣਾ ਆਪਣਾ ਹੁੰਦਾ ਜੀ। ਇਸੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਾਬਾ ਵੀਰ ਸਿੰਘ ਨੇ ਆਪਣੇ ਨਜ਼ਰੀਏ ਨਾਲ ਵੇਖਿਆ, ਸਤਿਕਾਰਯੋਗ ਮਾਤਾ ਅਮਰਜੀਤ ਕੌਰ ਬੈਠੇ ਨੇ ਆਪਣੇ ਨਜ਼ਰੀਏ ਨਾਲ ਵੇਖਿਆ, ਤੁਸੀਂ ਆਪਣੇ ਨਜ਼ਰੀਏ ਨਾਲ ਦੇਖਿਆ। ਉਹ ਬੜੀ ਪਿਆਰੀ ਗਾਥਾ ਜੀ, ਕਹਿੰਦੇ ਇੱਕ ਰੁੱਖ ਥੱਲੇ ਤਿੰਨ ਬੰਦੇ ਲੰਮੇ ਪਏ, ਕਹਿ ਕੇ ਸਮਾਪਤੀ ਕਰਾਂ, ਤਿੰਨ ਜਾਣੇ ਲੰਮੇ ਪਏ ਇੱਕ ਰੁੱਖ ਥੱਲੇ, ਉਹਨਾਂ ਵਿੱਚੋਂ ਇੱਕ ਉਹ ਇਨਸਾਨ ਹੈ ਜਿਹੜਾ ਲੱਕੜ ਦਾ ਕੰਮ ਕਰਦਾ, ਇੱਕ ਘਰੋਂ ਲੜ ਕੇ ਆਇਆ ਹੋਇਆ, ਘਰਦਿਆਂ ਨਾਲ ਝਗੜਾ ਕਰਕੇ ਆ ਕੇ ਲੰਮਾ ਪਿਆ, ਇੱਕ ਦੂਰ ਅੰਦੇਸ਼ੀ ਹੈ ਜਿਹੜਾ ਲੰਮੀ ਸੋਚ ਰੱਖਣ ਵਾਲਾ। ਗੌਰ ਕਰਿਓ ਥੋੜ੍ਹਾ ਭੈਣੋ ਸੁਣਿਓ, ਹੁਣ ਜਿਹੜਾ ਲੱਕੜ ਦਾ ਕੰਮ ਕਰਨ ਵਾਲਾ ਉਹ ਆਪਣੇ ਨਜ਼ਰੀਏ ਨਾਲ ਰੁੱਖ ਤੱਕਦਾ, ਕਹਿੰਦਾ ਵੀ ਕਿਆ ਬਾਤ ਹੈ, ਐਡਾ ਲੰਮਾ ਪੂਰਾ, ਤੇ ਜੇ ਮੈਂ ਵੱਢ ਕੇ ਲੈ ਜਾਵਾਂ ਤੇ ਇਹਦੇ ਵਿੱਚੋਂ ਮੈਂ ਬਹੁਤ ਸਾਰੇ ਬੈੱਡ ਤਿਆਰ ਕਰ ਸਕਦਾ, ਸੋਫਾ ਤਿਆਰ ਕਰ ਸਕਦਾ, ਇਹਦੇ ਨਾਲ ਮੈਂ ਬੂਹੇ ਬਾਰੀਆਂ ਵੀ ਬਣਾ ਸਕਦਾ, ਉਹ ਰੱਬ ਦਾ ਨਜ਼ਰੀਆ ਜੀ। ਹੁਣ ਜਿਹੜਾ ਨਾਲ ਹੀ ਪਿਆ ਤੇ ਉਹਨੇ ਵੇਖਿਆ ਹਵਾ ਆਈ ਤੇ ਪੱਤੇ ਇੱਕ ਦੂਜੇ ਦੇ ਨਾਲ ਐਵੇਂ ਵੱਜੇ, ਮਨ ਚ ਵਿਚਾਰ ਆਈ ਮਣਾ ਇੱਥੇ ਤੇ ਪੱਤਿਆਂ ਦੀ ਪੱਤਿਆਂ ਨਾਲ ਨੀ ਬਣਦੀ, ਇਹ ਖਹਿ ਖਹਿ ਕੇ ਮਰਨ ਡਿਆ, ਤੂੰ ਜੀ ਘਰੋਂ ਲੜ ਕੇ ਆ ਗਿਆ, ਚੱਲ ਚੱਲੀਏ ਘਰ ਨੂੰ, ਛੱਡ ਪਰੇ ਕੁਝ ਨੀ ਪਿਆ, ਘਰੇ ਚਲਿਆ ਗਿਆ। ਹੁਣ ਜਿਹੜਾ ਤੀਜਾ ਬੰਦਾ ਪਿਆ ਨਾ,
ਉਹਦਾ ਨਜ਼ਰੀਆ ਹੋਰ। ਵੇਖੋ ਰੁੱਖ ਇੱਕ ਤੇ ਸੋਚਣ ਵਾਲਿਆਂ ਦੀ ਸੋਚ ਕਿੰਨੀ ਹੈ, ਤਿੰਨ ਤਰ੍ਹਾਂ ਦੀ। ਉਹ ਵੇਖਦਾ ਹਵਾ ਦੇ ਨਾਲ ਇੱਕ ਪੱਤਾ ਟੁੱਟ ਗਿਆ, ਆਸਤੇ ਆਸਤੇ ਜ਼ਮੀਨ 'ਤੇ ਆਇਆ, ਉਹਦੇ ਵੇਖਦਿਆਂ ਵੇਖਦਿਆਂ ਪੱਤਾ ਉੱਡਿਆ ਅਤੇ ਰੂੜੀ 'ਤੇ ਜਾ ਡਿੱਗ ਗਿਆ। ਮਨ 'ਚ ਵਿਚਾਰ ਆਈ, ਮਣਾ ਕੁਝ ਸਮਾਂ ਪਹਿਲਾਂ ਹੀ ਪੱਤਾ ਆਪਣੇ ਮੂਲ ਨਾਲ ਲੱਗਿਆ ਸੀ ਅਤੇ ਹਵਾ ਆਉਂਦੀ ਸੀ ਅਤੇ ਨਾਲ ਹੁਲਾਰੇ ਲੈ ਰਿਹਾ ਸੀ ਪੂਰੇ ਵਧੀਆ। ਆਹ ਮੈਂ ਕੀ ਵੇਖਦਾ, ਇਹੋ ਹੀ ਪੱਤਾ ਜ਼ਮੀਨ 'ਤੇ ਆਇਆ ਅਤੇ ਹੁਣ ਹਵਾ ਇਹਦੇ ਪੈਰ ਹੀ ਨਹੀਂ ਲੱਗਣ ਦਿੰਦੀ, ਹਵਾ ਦੇ ਪੈਰ ਨਹੀਂ ਲੱਗਣ। ਹੁਣ ਤਾਂ ਮੇਰੇ ਸਾਹਮਣੇ ਰੂੜੀ 'ਤੇ ਡਿੱਗਿਆ, ਹੋ ਸਕਦਾ ਘੜੀ ਕੁ ਨੂੰ ਜਾ ਕੇ ਕਿਸੇ ਗੰਦੇ ਨਾਲੇ 'ਚ ਸੁੱਟ ਦੇਵੇ। ਬਸ ਗੱਲ ਇੰਨੀ ਕੁ ਸਮਝਣ ਵਾਲੀ ਹੈ ਪਾਦਾਂ ਵਾਲੇ, ਜਦੋਂ ਅਸੀਂ ਗੁਰੂ ਨਾਲੋਂ ਟੁੱਟ ਗਏ ਤੇ ਉਹ ਪੱਤੇ ਵਾਲੇ ਸਾਡਾ ਹਾਲ ਹੋਣਾ। ਫਿਰ ਸਾਨੂੰ ਕਰਮ ਕਾਂਡਾਂ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਸੀ ਨਾ, ਗੱਲ ਬੜੀ ਪਿਆਰੀ ਸੀ, ਬਾਣੀ ਪੜ੍ਹੀ ਵੀ ਜਾ ਰਹੇ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਫਸੇ ਹੋਏ ਹਾਂ, ਉਲਝੇ ਹੋਏ ਹਾਂ। ਬਾਣੀ ਨੂੰ ਪੜ੍ਹੇ ਸੁਣਾ ਰਹੇ ਸੀ ਨਾ ਗੱਲ, ਵੀ ਪੰਛੀ ਕਹਿ ਰਹੇ ਸੀ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਅਸੀਂ ਚੋਗਾ ਖਾਣਾ ਨਹੀਂ ਤੇ ਫਸਣਾ ਹੀ ਨਹੀਂ ਅਸੀਂ। ਉਹ ਸਾਰੀ ਗੱਲ ਬੜੇ ਪਿਆਰ ਨਾਲ ਇਸ਼ਾਰਾ ਹੀ ਹੁੰਦਾ ਗੱਲ ਦਾ। ਗੱਲ ਸਿਰਫ ਇੰਨੀ ਕੁ ਹੈ, ਬਾਣੀ ਨੂੰ ਪੜ੍ਹੋ, ਪੜ੍ਹ ਕੇ ਉਹਦੀ ਵਿਚਾਰ ਹਿਰਦੇ 'ਚ ਵਸਾਈਏ। ਚੰਗੇ ਇਨਸਾਨ ਭਲੇ ਪੁਰਖਾਂ ਦਾ ਸੰਗ ਇਹੋ ਹੀ ਕੁਝ ਹੁੰਦਾ। ਜਦੋਂ ਅਸੀਂ ਕਿਸੇ ਭਲੇ ਦੀ ਸੰਗਤ ਕਰਦੇ ਹਾਂ ਨਾ, ਉਹਨੇ ਤੁਹਾਨੂੰ ਆਇਆ ਇੱਕੋ ਹੀ ਗੱਲ ਸਿਖਾਉਣੀ ਹੈ, ਭਲਿਓ ਇੱਕ ਗੁਰੂ ਨਾਲ ਜੁੜੋ, ਪਰਮਾਤਮਾ ਨਾਲ ਜੁੜੋ, ਉਸ ਤੋਂ ਉੱਪਰ ਕੋਈ ਨਹੀਂ। ਅਤੇ ਜੇ ਕਿਸੇ ਉਹੋ ਜਿਹੇ ਕੋਲ ਜਾਓਗੇ ਪਿਆਰ, ਹੁਣ ਤਾਂ ਕਹਿਣਾ ਤੁਸੀਂ ਸਿੱਧੇ ਮੇਰੇ ਨੇ ਜੁੜ ਜਾਓ, ਹੋਰ ਕੋਈ ਲੋੜ ਨਹੀਂ। ਬਸ ਬੇਨਤੀ ਕਰਾਂ, ਜੇ ਤਰਨਾ ਹੀ ਚਾਹੁੰਦੇ ਹੋ ਨਾ ਤਾਂ ਕਿਸੇ ਤਾਰੂ ਬੰਦੇ ਨੂੰ ਪੁੱਛ ਲਓ ਜੀ, ਜਿਹੜਾ ਆਪ ਤਰਿਆ ਨਾ, ਜਿਹੜਾ ਆਪ ਤਰਿਆ, ਜਿਹੜਾ 17 ਸਾਲ 2 ਮਹੀਨੇ ਬੈਠਾ ਰਿਹਾ, ਕਿਸੇ ਚੰਗੇ ਨੂੰ ਪੁੱਛ ਲਓ ਜਿਹੜਾ ਆਪ ਤਰਿਆ, ਜਿਹਨੂੰ ਆਪ ਤਰਨ ਆਉਂਦਾ। ਗੁਰੂ ਸਾਹਿਬ ਦਾ ਬਚਨ ਹੈ, ਕਹਿੰਦੇ ਜੇ ਤੈਨੂੰ ਤਰਨ ਦਾ ਚਾਹ ਨਾ ਤਰਨ ਦਾ, ਫਿਰ ਤਾਰੂ ਨੂੰ ਪੁੱਛ ਜਾ ਕੇ। ਹੁਣ ਜਿਹੜਾ ਬੰਦਾ ਸਮੁੰਦਰ 'ਚ ਆਪ ਡੁੱਬਦਾ ਹੋਵੇ ਆਪ, ਅਤੇ ਮੈਂ ਉਹਨੂੰ ਕਹਾਂ ਭਾਈ ਸਾਹਿਬ ਮੈਨੂੰ ਵੀ ਸਿਖਾ ਦਿਓ ਤਰਨਾ, ਉਹ ਕਹਿੰਦਾ ਮੇਰੇ 'ਤੇ ਆਪਣੀ ਜਾਨ 'ਤੇ ਬਣੀ ਹੋਈ ਹੈ, ਮੈਨੂੰ ਤਾਂ ਆਪ ਫਿਕਰ ਪਿਆ ਮੈਨੂੰ ਕੌਣ ਕੱਢੂ, ਮੈਂ ਡੁੱਬਣ ਨੂੰ ਤਿਆਰ ਹਾਂ, ਤੈਨੂੰ ਕਿੱਥੋਂ ਸਿਖਾਵਾਂ। ਜਿਹੜਾ ਆਪ ਤਰਨ ਜਾਂਦਾ ਉਹ ਕਹਿੰਦਾ ਆ ਜਾ, ਆਹ ਤੈਨੂੰ ਦੱਸਾਂ ਕਿਵੇਂ ਪਾਣੀ ਪਿਛਾਂਹ ਧਾਕੇ ਗਾਂਹ ਨੂੰ ਲੰਘੀਦਾ, ਕਿਵੇਂ ਲਹਿਰਾਂ ਦੇ ਵਿੱਚ ਦੀ ਪਾਰ ਲੰਘੀਦਾ, ਉਹ ਦੱਸਦਾ ਜਿਹੜਾ ਆਪ ਜਾਣਦਾ। ਵਾਰਾਂ 'ਤੇ ਵਧੀਕ ਦਾ ਪਾਠ ਤੁਸੀਂ ਪੜ੍ਹਦੇ ਹੋ, ਜੇ ਤੂੰ ਤਾਰੂ ਪਾਣ, ਪਾਣੀ 'ਚ ਸਿਹਰੀ ਲੱਗੀ ਇਹਦਾ ਅਰਥ ਹੈ ਵੀ ਜੇ ਤੂੰ ਪਾਣੀ ਵਾਲਾ ਤਾਰੂ ਬਣਨਾ ਚਾਹੁੰਦਾ, ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕੱਲ, ਉਹਨਾਂ ਤੋਂ ਕਲਾ ਸਿੱਖ ਜਿਹੜੇ ਤਰਨ ਜਾਣਦੇ ਨੇ, ਤਾਹੂ ਖਰੇ ਸੁਜਾਨ ਮਈਆਂ ਇੰਨੀ ਕੱਪਰੀ, ਕੱਪਰੀ ਮੀਨ ਲਹਿਰਾਂ ਤਰਨਾ ਸਿਖਾਉਣਗੇ। ਸੋ ਇੱਕੋ ਹੀ ਬੇਨਤੀ, ਸਾਰੇ ਰਲ ਕੇ ਪੜ੍ਹ ਦਿਓ, ਇਹੋ ਜਿਹਾ ਕੌਣ ਆ ਜੀ ਸਾਨੂੰ ਤਾਰਨ ਵਾਲਾ, ਬੋਲੋ ਜੀ, ਰਸਨਾ ਕਰ ਲਿਓ ਪਵਿੱਤਰ। ਐਸੇ ਗੁਰ ਕੋ ਬਲ ਬਲ ਜਾਈਐ, 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 ਆਪ ਮੁਕਤ ਮੋਹ ਤਾਰੈ, 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 ਆਪ ਮੁਕਤ ਮੋਹ ਤਾਰੈ। ਕਰਨ ਇਹਨੀ ਕੁ ਹਾਜ਼ਰੀ ਪ੍ਰਵਾਨ, ਵਿਚਾਰਾਂ ਕਰਦਿਆਂ ਭੁੱਲਾਂ ਹੋ ਜਾਂਦੀਆਂ, ਸੁਭਾਵਿਕ ਨੇ ਜੀ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸੋ ਬਹੁਤ ਬਹੁਤ ਧੰਨਵਾਦ ਸਤਿਕਾਰ ਜੋ ਮਾਤਾ ਅਮਰਜੀਤ ਕੌਰ ਜੀ ਦਾ ਜਿੰਨਾ ਸਮਾਂ ਦਿੱਤਾ, ਬਾਬਾ ਜੀ ਦਾ ਜਿਹਨਾਂ ਨੇ ਧੰਨਵਾਦ, ਉਹਨਾਂ ਦਾ ਵੀ ਜਿੰਨਾ ਸਮਾਂ ਦਿੱਤਾ। ਸਭ ਤੋਂ ਵੱਧ ਕੋਟਾਨ ਕੋਟ ਧੰਨਵਾਦ ਮੇਰੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਹਨਾਂ ਦੀ ਤਾਬਾ ਬੈਠ ਕੇ ਪਾਵਨ ਸ਼ਬਦ ਪੰਨ ਦਾ ਸਮਾਂ ਪ੍ਰਾਪਤ ਹੋਇਆ। ਭੁੱਲਾਂ ਦੀ ਖਿਮਾ ਬੁਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਭਾਈ